ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਫਿਲਮੀ ਤੜਕਾ ਤੇ ਮੈਂ ਹਾਂ ਹਰਪ੍ਰੀਤ ਕੌਰ। ਸਿਆਣੇ ਕਹਿੰਦੇ ਨੇ ਇੱਕ ਮਰਦ ਦੀ ਕਾਮਯਾਬੀ ਪਿੱਛੇ ਔਰਤ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਉਹਨਾਂ ਸਟਾਰਾਂ ਦੀ ਜਿਨ੍ਹਾਂ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਉਹਨਾਂ ਦੀ ਧਰਮ ਪਤਨੀਆਂ ਨੇ ਕਿੰਨਾ ਵੱਡਾ ਯੋਗਦਾਨ ਪਾਇਆ ਹੈ। ਜੇਕਰ ਗੱਲ ਕਰੀਏ ਪੰਜਾਬੀ ਸਿੰਗਰਸ ਦੀ ਤਾਂ ਉਹ ਕਾਫੀ ਚਰਚਾ ਵਿੱਚ ਰਹਿੰਦੇ ਹਨ। ਇਸ ਦੇ ਨਾਲ ਹੀ ਉਹਨਾਂ ਦੀ ਵਾਈਫ ਵੀ ਟ੍ਰੈਂਡਿੰਗ ਵਿੱਚ ਬਣੀਆਂ ਰਹਿੰਦੀਆਂ ਹਨ, ਜੋ ਕਿ ਆਫ ਦੀ ਕੈਮਰਾ ਰਹਿ ਕੇ ਵੀ ਆਪਣੇ ਹਮਸਫ਼ਰ ਦੀ ਖੂਬ ਸਪੋਰਟ ਕਰਦੀਆਂ ਹਨ। ਗਿੱਪੀ ਗਰੇਵਾਲ, ਹਰਭਜਨ ਮਾਨ ਤੇ ਗੁਰਦਾਸ ਮਾਨ ਤੋਂ ਲੈ ਕੇ ਕਈ ਅਜਿਹੇ ਸਿੰਗਰਸ ਹਨ ਜਿਨ੍ਹਾਂ ਦੀ ਲਾਈਫ ਵਿੱਚ ਉਹਨਾਂ ਦੀ ਵਾਈਫ ਨੇ ਕਿੰਨਾ ਵੱਡਾ ਰੋਲ ਨਿਭਾਇਆ ਹੈ ਤੇ ਉਹਨਾਂ ਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਉਹਨਾਂ ਦਾ ਕਾਫੀ ਯੋਗਦਾਨ ਵੀ ਹੈ। ਸੋ ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹਨਾਂ ਕਲਾਕਾਰਾਂ ਬਾਰੇ ਜਿਨ੍ਹਾਂ ਦੀ ਧਰਮ ਪਤਨੀਆਂ ਨੇ ਉਹਨਾਂ ਨੂੰ ਇੱਥੇ ਤੱਕ ਪਹੁੰਚਾਉਣ ਲਈ ਕਾਫੀ ਸਪੋਰਟ ਵੀ ਕੀਤਾ ਹੈ। ਸੋ ਪਹਿਲਾਂ ਗੱਲ ਕਰਾਂਗੇ ਪੰਜਾਬ ਦੇ ਦੇਸੀ ਰੌਕ ਸਟਾਰ ਯਾਨੀ ਕਿ ਗਿੱਪੀ ਗਰੇਵਾਲ ਦੀ। ਗਿੱਪੀ ਗਰੇਵਾਲ ਦੀ ਸਫਲਤਾ ਦੇ ਵਿੱਚ ਉਹਨਾਂ ਦੀ ਪਤਨੀ ਰਵਨੀਤ ਗਰੇਵਾਲ ਦਾ ਬਹੁਤ ਵੱਡਾ ਹੱਥ ਹੈ। ਗਿੱਪੀ ਗਰੇਵਾਲ ਨੇ ਰਵਨੀਤ ਗਰੇਵਾਲ ਨਾਲ ਲਵ ਮੈਰਿਜ ਕਰਵਾਈ ਸੀ, ਜਿਸ ਤੋਂ ਬਾਅਦ ਰਵਨੀਤ ਗਰੇਵਾਲ ਨੇ ਗਿੱਪੀ ਨਾਲ ਖੂਬ ਸੰਘਰਸ਼ ਵੀ ਕੀਤਾ ਤੇ ਇਸ ਦੇ ਇਲਾਵਾ ਜਿਹੜੀ ਵੀ ਉਹਨਾਂ ਨੇ ਮਿਹਨਤ ਕੀਤੀ ਹੈ ਉਸ ਵਿੱਚ ਬਰਾਬਰ ਦਾ ਯੋਗਦਾਨ ਵੀ ਪਾਇਆ ਹੈ। ਗਿੱਪੀ ਗਰੇਵਾਲ ਦੇ ਸੰਘਰਸ਼ਾਂ ਦੇ ਦਿਨਾਂ ਵਿੱਚ ਦੋਵਾਂ ਨੇ ਹੋਟਲਾਂ ਦੇ ਵਿੱਚ ਵੀ ਕੰਮ ਕੀਤਾ ਹੈ, ਜਿਸ ਕਰਕੇ ਅੱਜ ਗਿੱਪੀ ਗਰੇਵਾਲ ਜਿਸ ਪ੍ਰੋਡਕਸ਼ਨ ਕੰਪਨੀ ਦੇ ਮਾਲਕ ਹਨ ਉਸ ਵਿੱਚ ਵੀ ਰਵਨੀਤ ਗਰੇਵਾਲ ਦਾ ਵੱਡਾ ਹੱਥ ਹੈ। ਇਸ ਦੇ ਨਾਲ ਹੀ ਗਿੱਪੀ ਤੇ ਰਵਨੀਤ ਗਰੇਵਾਲ ਦੇ 3 ਪੁੱਤਰ ਹਨ ਜੋ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਇਸ ਦੇ ਨਾਲ ਹੀ ਗੱਲ ਕਰਦੇ ਹਾਂ ਮਾਂ ਬੋਲੀ ਦੇ ਰਾਖੇ ਗੁਰਦਾਸ ਮਾਨ ਦੀ। ਗੁਰਦਾਸ ਮਾਨ ਦਾ ਪੰਜਾਬੀ 'ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵੱਡਾ ਨਾਮ ਹੈ, ਪਰ ਇਹ ਤਾਂ ਗੁਰਦਾਸ ਮਾਨ ਆਪ ਵੀ ਮੰਨਦੇ ਹਨ ਕਿ ਉਹਨਾਂ ਦੀ ਕਾਮਯਾਬੀ ਪਿੱਛੇ ਉਹਨਾਂ ਦੀ ਵਾਈਫ ਮਨਜੀਤ ਮਾਨ ਦਾ ਬਹੁਤ ਵੱਡਾ ਯੋਗਦਾਨ ਹੈ। ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਦੀ ਵਾਈਫ ਨੇ ਗਾਇਕ ਦੀ ਕਈ ਫਿਲਮਾਂ ਤੇ ਸੌਂਗਸ ਵੀ ਡਾਇਰੈਕਟ ਕੀਤੇ ਹਨ। ਗੁਰਦਾਸ ਮਾਨ ਦੀ ਮੁਲਾਕਾਤ ਮਨਜੀਤ ਮਾਨ ਨਾਲ ਕਾਲਜ ਦੇ ਟਾਈਮ ਵਿੱਚ ਹੋਈ ਸੀ, ਜਿੱਥੋਂ ਉਹਨਾਂ ਦੇ ਪਿਆਰ ਦੀ ਸ਼ੁਰੂਆਤ ਹੋਈ। ਦੋਵਾਂ ਦਾ ਵਿਆਹ 1980 ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਉਹਨਾਂ ਦੇ ਇਕਾਰਿਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਹੈ ਗੁਰਿਕ ਮਾਨ। ਗੁਰਦਾਸ ਮਾਨ ਨੇ ਵਿਆਹ ਦੇ ਬਾਅਦ ਹੀ ਉਹਨਾਂ ਦਾ ਪਹਿਲਾ ਗੀਤ ਰਿਲੀਜ਼ ਹੋਇਆ ਸੀ ਜੋ ਸੁਪਰ ਹਿੱਟ ਗਿਆ ਸੀ। ਮਨਜੀਤ ਮਾਨ ਨੇ ਸ਼ੁਰੂ ਤੋਂ ਹੀ ਗੁਰਦਾਸ ਮਾਨ ਦੀ ਖੂਬ ਸਪੋਰਟ ਕੀਤੀ ਹੈ, ਚਾਹੇ ਉਹਨਾਂ ਦੀ ਮੈਨੇਜਮੈਂਟ ਦਾ ਕੰਮ ਹੋਵੇ ਜਾਂ ਉਹਨਾਂ ਦੇ ਸ਼ੋਅ ਬੁਕਿੰਗ ਦਾ ਕੰਮ ਹੋਵੇ, ਸਾਰਾ ਮਨਜੀਤ ਮਾਨ ਹੀ ਦੇਖਦੇ ਹਨ ਤੇ ਗੁਰਦਾਸ ਮਾਨ ਨਾਲ ਉਹਨਾਂ ਦੇ ਹਰ ਲਾਈਵ ਸ਼ੋਅ ਵਿੱਚ ਵੀ ਆਉਂਦੇ ਹਨ। ਇਸ ਤੋਂ ਬਾਅਦ ਗੱਲ ਕਰਦੇ ਹਾਂ ਮਸ਼ਹੂਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੀ। ਹਰਭਜਨ ਮਾਨ ਦੀ ਵਾਈਫ ਦਾ ਨਾਮ ਹਰਮਨਦੀਪ ਕੌਰ ਮਾਨ ਹੈ ਤੇ ਦੋਵਾਂ ਦੇ 3 ਬੱਚੇ ਹਨ, ਜਿੱਥੇ ਉਹਨਾਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਬੜੇ ਹੀ ਵਧੀਆ ਢੰਗ ਨਾਲ ਕੀਤੀ ਹੈ। ਉੱਥੇ ਹੀ ਉਹਨਾਂ ਨੇ ਹਰਭਜਨ ਮਾਨ ਨੂੰ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਖੂਬ ਸਪੋਰਟ ਕੀਤਾ ਹੈ। ਹਰਭਜਨ ਮਾਨ ਜਦੋਂ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਰ ਰਹੇ ਸਨ ਤਾਂ ਉਦੋਂ ਇੱਕ ਹਰਮਨ ਮਾਨ ਹੀ ਸੀ ਜਿਨ੍ਹਾਂ ਨੇ ਗਾਇਕ ਨੂੰ ਖੂਬ ਹੱਲਾਸ਼ੇਰੀ ਦਿੱਤੀ ਤੇ ਅੱਜ ਉਹ ਜਿਸ ਮੁਕਾਮ ਤੇ ਹੈ ਉਸ ਵਿੱਚ ਉਹਨਾਂ ਦਾ ਪੂਰਾ ਯੋਗਦਾਨ ਹੈ। ਹੁਣ ਤੁਹਾਨੂੰ ਦੱਸਦੇ ਹਾਂ ਪੰਜਾਬ ਦੇ ਇੱਕ ਹੋਰ ਸੁਪਰ ਸਟਾਰ ਕਲਾਕਾਰ ਨਿੰਜਾ ਦੀ। ਨਿੰਜਾ ਦੀ ਵਾਈਫ ਦਾ ਨਾਮ ਜਸਮੀਤ ਕੌਰ ਹੈ। ਇਸ ਦੇ ਨਾਲ ਹੀ ਤੁਹਾਨੂੰ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੋਵੇਗਾ ਕਿ ਨਿੰਜਾ ਦਾ ਅਸਲੀ ਨਾਮ ਅਮਿਤ ਪੱਲਾ ਹੈ ਤੇ ਉਹਨਾਂ ਨੇ ਕੁਝ ਸਮੇਂ ਆਟੋ ਵੀ ਚਲਾਇਆ ਹੈ। ਤੁਹਾਨੂੰ ਦੱਸ ਦਈਏ ਕਿ ਜਸਮੀਤ ਕੌਰ ਨੇ ਨਿੰਜਾ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਪੋਜ਼ ਕੀਤਾ ਸੀ, ਜਿਸ ਤੋਂ ਬਾਅਦ ਨਿੰਜਾ ਉਹਨਾਂ ਦੇ ਪ੍ਰੇਮ ਪਿਆਰ ਦੇ ਚੱਕਰਾਂ ਵਿੱਚ ਪੈ ਗਏ ਤੇ ਦੋਵਾਂ ਦਾ ਵਿਆਹ ਵੀ ਹੋ ਗਿਆ। ਜਸਮੀਤ ਕੌਰ ਨੇ ਸ਼ੁਰੂ ਤੋਂ ਹੀ ਨਿੰਜਾ ਦੀ ਸਫਲਤਾ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਤੇ ਹੁਣ ਦੋਵਾਂ ਦਾ ਇੱਕ ਬਹੁਤ ਪਿਆਰਾ ਜਿਹਾ ਪੁੱਤਰ ਜਿਸਦਾ ਨਾਮ ਨਿਸ਼ਾਨ ਹੈ। ਇਸ ਦੇ ਇਲਾਵਾ ਗੱਲ ਕਰਦੇ ਹਾਂ ਜੱਸੀ ਗਿੱਲ ਦੀ, ਜਿਨ੍ਹਾਂ ਨੂੰ ਪੰਜਾਬ ਦਾ ਕੂਲ ਬੋਏ ਵੀ ਆਖਿਆ ਜਾਂਦਾ ਹੈ। ਉਹ ਆਪਣੇ ਜਿੰਨੇ ਪਿਆਰੇ ਗੀਤਾਂ ਦੇ ਨਾਲ ਸਭ ਦਾ ਦਿਲ ਜਿੱਤੇ ਹਨ, ਉਹਨਾਂ ਹੀ ਉਹਨਾਂ ਦੀ ਪਿਆਰੀ ਪਤਨੀ ਤੇ ਗੁੜੀਆ ਵੀ ਹੈ। ਜੱਸੀ ਗਿੱਲ ਦਾ ਵਿਆਹ 2016 ਵਿੱਚ ਹੋਇਆ ਸੀ ਤੇ ਉਹਨਾਂ ਦੀ ਵਾਈਫ ਦਾ ਨਾਮ ਹੈ ਰੁਪਿੰਦਰ, ਜੋ ਹਮੇਸ਼ਾ ਹੀ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੀ ਹੈ, ਪਰ ਜਦੋਂ ਵੀ ਅਕਸਰ ਉਹਨਾਂ ਦੀਆਂ ਤਸਵੀਰਾਂ ਦੇਖਦੇ ਹਾਂ ਤਾਂ ਸਭ ਫੈਨਸ ਬੜੇ ਹੀ ਖੁਸ਼ ਹੋ ਜਾਂਦੇ ਹਨ। ਇਸ ਦੇ ਨਾਲ ਹੀ ਜੱਸੀ ਗਿੱਲ ਦੀ ਵਾਈਫ ਨੇ ਉਹਨਾਂ ਦਾ ਇੱਥੇ ਤੱਕ ਪਹੁੰਚਣ ਵਿੱਚ ਬਹੁਤ ਸਾਥ ਦਿੱਤਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਪੰਜਾਬ ਦੇ ਨਿੱਕਾ ਜੈਲਦਾਰ ਐਮੀ ਵਿਰਕ ਦੀ। ਦੱਸ ਦਈਏ ਕਿ ਐਮੀ ਵਿਰਕ ਆਪਣੀ ਮੈਰਿਜ ਲਾਈਫ ਨੂੰ ਲੋਕਾਂ ਤੋਂ ਲੁਕਾ ਕੇ ਰੱਖਦੇ ਹਨ, ਹਾਲਾਂਕਿ ਉਹਨਾਂ ਨੇ ਆਪਣੀ ਪਤਨੀ ਦੀ ਤਸਵੀਰ ਕਦੇ ਸਾਂਝੀ ਨਹੀਂ ਕੀਤੀ, ਪਰ ਅਕਸਰ ਉਹ ਸੋਸ਼ਲ ਮੀਡੀਆ ਉੱਤੇ ਵੱਖਰੇ ਅੰਦਾਜ਼ ਵਿੱਚ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਐਮੀ ਵਿਰਕ ਦੀ ਵਾਈਫ ਉਹਨਾਂ ਦਾ ਸਾਰਾ ਕੰਮ ਵੀ ਹੈਂਡਲ ਕਰਦੀ ਹੈ ਤੇ ਇਸ ਮੁਕਾਮ ਤੱਕ ਪਹੁੰਚਣ ਤੱਕ ਉਹਨਾਂ ਨੇ ਗਾਇਕ ਦਾ ਬਹੁਤ ਸਾਥ ਦਿੱਤਾ ਹੈ। ਇਸ ਤੋਂ ਬਾਅਦ ਗੀਤਕਾਰ ਬੰਟੀ ਬੈਂਸ ਦੀ ਗੱਲ ਕਰਦੇ ਹਾਂ, ਜਿਨ੍ਹਾਂ ਦੀ ਵਾਈਫ ਦਾ ਨਾਮ ਹੈ ਅਮਨਪ੍ਰੀਤ ਕੌਰ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਮਨਪ੍ਰੀਤ ਕੌਰ ਇੱਕ ਬਹੁਤ ਹੀ ਉੱਚੇ ਘਰ 'ਚੋਂ ਸੰਬੰਧ ਰੱਖਦੇ ਸੀ ਤੇ ਬੰਟੀ ਬੈਂਸ ਦਾ ਨਾਮ ਉਸ ਸਮੇਂ ਇੰਨਾ ਨਹੀਂ ਸੀ, ਪਰ ਉਹਨਾਂ ਦੀ ਪਤਨੀ ਨੇ ਉਹਨਾਂ ਦਾ ਔਖੇ ਸਮੇਂ ਵਿੱਚ ਸਾਥ ਨਹੀਂ ਛੱਡਿਆ।
ते शुरू तो लैके हुण तक उन्हां दा पूरा साथ दिता है ते अज ओह उन्हां दा सारा काम भी सांभदे हन ते हर किते अपने पति नाल भी हाजिर हुंदे हन। इस तो बाद गल करदे हां दुगाना जोड़ी सरदूल सिकंदर ते अमर नूरी बारे जिन्हां दे गाए गीत अज लोक गीतां विच भी जाने जांदे हन। तुहानूं दस दईए कि अमर नूरी ने सरदूल सिकंदर दा शुरू तो ही पूरा साथ दिता है। दोवां दी पहली मुलाकात स्टेज उत्ते हुई सी जिथे दोवां ने इकट्ठे मिलके गीत गाया सी जिसनूं दर्शकां वल्लों बहुत पसंद किया गया ते इत्थों ही उन्हां दे प्यार दी कहानी भी शुरू हो गई ते दोवां ने व्याह भी करवा लिया। दोवां दी गायकी नूं शुरू तो ही बहुत प्यार भी दिता जांदा है ते अमर नूरी ने शुरू तो ही सरदूल सिकंदर दा बहुत साथ भी दिता है ते दोवें अपनी मेहनत दे सदका ही इस मुकाम तक पहुंचे सी। पर हुण सरदूल सिकंदर साडे विचकार नहीं है, दोवां दे दो पुत्तर भी हन जो गायकी नाल जुड़े हुए हन। तां इह सी साडी अज दी अपडेट, तुहानूं किवें दी लगी सानूं कमेंट बॉक्स विच जरूर दसो ते होर नवे नवे एंटरटेनमेंट अपडेट्स लई जुड़े रहो फिल्मी तड़का दे नाल।